ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਲੱਕੀ ਕਰਾਲੀ ਅਤੇ ਤੁਸੀਂ ਦੇਖ ਰਹੇ ਹੋ ਟੀਮ ਪੰਜਾਬੀ। ਖੁਸ਼ਖਬਰੀ ਲੈ ਕੇ ਆਏ ਹਾਂ, ਅਲਬਰਟਾ ਦੇ ਵਿੱਚ ਐਡਮਿੰਟਨ ਸ਼ਹਿਰ ਦੇ ਵਿੱਚ ਕਬੱਡੀ ਦਾ ਕੱਪ ਹੋਣ ਜਾ ਰਿਹਾ। ਅਲਬਰਟਾ ਪੰਜਾਬੀ ਸਪੋਰਟਸ ਐਂਡ ਕਲਚਰ ਐਸੋਸੀਏਸ਼ਨ ਐਡਮਿੰਟਨ ਇਹ ਕਬੱਡੀ ਦਾ ਕੱਪ ਕਰਵਾ ਰਹੀ ਆ। ਨੌਵਾਂ ਅਲਬਰਟਾ ਕਬੱਡੀ ਕੱਪ ਹੋਣ ਜਾ ਰਿਹਾ। ਸੋ ਬੜਾ ਜ਼ਬਰਦਸਤ ਕਬੱਡੀ ਦਾ ਕੱਪ ਹੋਣ ਜਾ ਰਿਹਾ। 7 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਗਰਾਊਂਡਾਂ ਦੇ ਵਿੱਚ 6 ਟੀਮਾਂ ਭਾਗ ਲੈ ਰਹੀਆਂ। 6 ਟੀਮਾਂ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਦੀਆਂ, 6 ਟੀਮਾਂ ਟੌਪ ਦੀਆਂ ਚੋਟੀ ਦੀਆਂ ਖੇਡ ਰਹੀਆਂ, ਜਿਨ੍ਹਾਂ ਦੇ ਵਿੱਚ ਪਾਕਿਸਤਾਨ ਦੀ ਪੂਰੀ ਟੀਮ, ਰੋਇਲ ਕਿੰਗ USA ਪਾਕਿਸਤਾਨ ਦੀ ਪੂਰੀ ਟੀਮ ਜਿਹੜੀ ਕਿ ਯੰਗ ਰੋਇਲ ਕਿੰਗ ਕਬੱਡੀ ਕਲੱਬ ਵੱਲੋਂ ਖੇਡ ਰਹੀ ਆ ਇਸ ਟੂਰਨਾਮੈਂਟ ਦੇ ਉੱਤੇ, ਅਤੇ ਬਾਕੀ 5 ਟੀਮਾਂ ਟੌਪ ਦੀਆਂ। ਅੰਬਾ ਸੁਰ ਸਿੰਘ ਵਾਲਾ ਵੀ ਪਹੁੰਚ ਰਿਹਾ ਟੌਪ ਦਾ ਰੇਡਰ, ਏ ਗ੍ਰੇਡ ਰੇਡਰ ਇਸ ਟਾਈਮ, ਜੋ ਦੁਨੀਆਂ ਦਾ ਮਹਾਨ ਰੇਡਰ ਹੈ। ਸੋ ਬਹੁਤ ਵਧੀਆ ਮੁਕਾਬਲੇ ਦੇਖਣ ਨੂੰ ਤੁਹਾਨੂੰ ਮਿਲਣਗੇ ਇਸ ਟੂਰਨਾਮੈਂਟ 'ਤੇ। ਪਹੁੰਚੋ, ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ। ਐਡਰੈਸ ਨੌਰਥ ਸਾਈਡ, ਲੰਡਨ ਡੈਰੀ, ਰੈਕ ਸੈਂਟਰ, 14940 72 ਸਟਰੀਟ, ਨੌਰਥ ਸਾਈਡ ਨੀਅਰ। ਸੋ ਨੌਰਥ ਸਾਈਡ ਜੋ ਲੰਡਨ ਡੈਰੀ ਰੈਕ ਸੈਂਟਰ ਆ, ਉਹਨਾਂ ਦੀਆਂ ਗਰਾਊਂਡਾਂ ਦੇ ਵਿੱਚ ਇਹ ਕਬੱਡੀ ਦਾ ਕੱਪ ਹੋਣ ਜਾ ਰਿਹਾ। ਸੋ ਬਹੁਤ ਜ਼ਬਰਦਸਤ ਕਬੱਡੀ ਦਾ ਕੱਪ ਹੋਣ ਜਾ ਰਿਹਾ 7 ਸਤੰਬਰ ਦਿਨ ਸ਼ਨੀਵਾਰ ਨੂੰ ਲਾਈਵ 1 ਐਂਡ ਆਲ ਜੀ। ਤੁਸੀਂ ਟੀਮ ਪੰਜਾਬੀ 'ਤੇ ਦੇਖ ਸਕਦੇ ਹੋ, ਟੀਮ ਪੰਜਾਬੀ ਦੇ ਉੱਤੇ ਆਨੰਦ ਮਾਣੋਗੇ। ਹਾਈ ਕੁਆਲਿਟੀ ਲਾਈਵ 1 ਐਂਡ ਆਲ ਜੀ, ਟੀਮ ਪੰਜਾਬੀ ਯੂਟਿਊਬ ਚੈਨਲ ਅਤੇ ਟੀਮ ਪੰਜਾਬੀ ਫੇਸਬੁੱਕ ਦੇ ਉੱਤੇ ਅਤੇ ਲੱਕੀ ਕੁਰਾਲੀ ਫੇਸਬੁੱਕ ਦੇ ਉੱਤੇ ਲਾਈਵ ਇਸ ਟੂਰਨਾਮੈਂਟ ਦਾ ਆਨੰਦ ਮਾਣ ਸਕਦੇ ਹੋ। ਸੋ ਮਿਲਦੇ ਹਾਂ 7 ਸਤੰਬਰ ਦਿਨ ਸ਼ਨੀਵਾਰ ਨੂੰ ਅਲਬਰਟਾ ਦੇ ਵਿੱਚ ਐਡਮਿੰਟਨ ਦੀਆਂ ਗਰਾਊਂਡਾਂ ਦੇ ਵਿੱਚ। ਤਦ ਤੱਕ ਲਈ ਯਾਦ ਰੱਬ ਰੱਖਾ। ਸਤਿ ਸ਼੍ਰੀ ਅਕਾਲ।